ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਆਈਪੀਐਲ ਦੇ ਸ਼ੌਕੀਨਾਂ ਲਈ ਚੰਗੀ ਖਬਰ ਇੱਥੇ ਹੋਵੇਗਾ ਬਾਕੀ ਟੂਰਨਾਮੈਂਟ ਇਸ ਤਰੀਕ ਨੂੰ ਹੋ ਸਕਦਾ ਫਾਈਨਲ ਮੈਚ ਦੋਸਤੋ ਜੇਕਰ ਤੁਸੀਂ ਵੀ ਆਈਪੀਐਲ ਦੇ ਸ਼ੌਕੀਨ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦਰਾਸਲ ਇਹ ਖਬਰ ਕਰੋਨਾ ਵਾਇਰਸ ਦੇ ਕਾਰਨ ਬਣੇ ਹਾਲਾਤਾਂ ਦੇ ਕਾਰਨ ਮੂਲ ਤਵੀ ਕੀਤੀ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ 2021 ਨਾਲ ਸੰਬੰਧਤ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮੂਲ ਤਵੀ ਕੀਤੀ ਗਈ ਆਈਪੀਐਲ ਹੁਣ ਸੰਯੁਕਤ ਅਰਬ ਅਮੀਰਾਤ ਦੇ ਹੀ ਅਗਵਾਈ ਵਿੱਚ ਖੇਡਿਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੂਲ ਤਵੀ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ 10 ਅਕਤੂਬਰ ਨੂੰ ਖੇਡਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸੰਭਾਵਿਤ ਤੌਰ ਤੇ 18 ਤੇ 19 ਸਤੰਬਰ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਦੋਸਤੋ ਇਸ ਸੀਜ਼ਨ ਦੇ ਬਾਕੀ 31 ਮੈਚਾਂ ਨੂੰ ਪੂਰਾ ਕਰਨ ਦੇ ਲਈ ਤਿੰਨ ਹਫ਼ਤਿਆਂ ਦਾ ਸਮਾਂ ਕਾਫੀ ਹੋਵੇਗਾ 10 ਦੀਏ ਲਗਭਗ 3 ਕਰੋੜ ਰੁਪਏ ਦਾ ਨੁਕਸਾਨ ਮੁੜ ਸ਼ੁਰੂ ਨਾ ਕਰਨ ਦੇ ਨਾ ਕਰਨ ਤੇ ਚੱਲਣਾ ਪੈ ਸਕਦਾ ਇਸ ਕਾਰਨ ਕਰਕੇ BCCI ਵੱਲੋਂ ਇਹ ਵੀ ਗੱਲ ਕਰ ਲਈ ਗਈ ਹੈ ਕਿ ਸੀਜ਼ਨ ਪੂਰਾ ਕਰਨਾ ਚਾਹੁੰਦਾ ਹੈ ਪਰ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਾਰਨ ਬਣੇ ਹਾਲਾਤਾਂ ਦੇ ਚੱਲਦਿਆਂ ਇਸ ਸੀਜ਼ਨ ਸੰਭਵ ਨਹੀਂ ਹੋ ਸਕਦਾ ਦੱਸ ਦਈਏ ਪਿਛਲੇ ਸਾਲ ਆਈਪੀਐਲ ਦਾ ਆਯੋਜਨ ਦੁਬਈ ਦੇ ਵਿੱਚ ਬਹੁਤ ਜ਼ਿਆਦਾ ਸਫਲ ਰਿਹਾ ਸੀ ਇਸ ਸਮੇਂ ਦੌਰਾਨ ਕੋਈ ਵੀ ਵਾਇਰਸ ਦਾ ਇੱਕ ਕੇਸ ਦਰਦ ਨਹੀਂ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੱਸ ਦਈਏ 19 April ਨੂੰ ਆਈਪੀਐਲ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਹੋਈ ਸੀ ਪਰ ਕਰੋਨਾ ਵਾਇਰਸ ਨੇ ਕਈ ਸੰਕਰਮਿਤ ਕੇਸ ਪਾਏ ਜਾਣ ਤੋਂ ਬਾਅਦ 29 March ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਇਸ ਦੇ ਬਾਕੀ ਮੈਚ ਨੇ ਜਿਹੜੇ ਉਹ ਸੰਯੁਕਤ ਅਰਬ ਅਮੀਰਾਤ ਦੀ ਅਗਵਾਈ ਵਿੱਚ ਖੇਡੇ ਜਾਣਗੇ 10 ਅਕਤੂਬਰ ਨੂੰ ਖੇਡਿਆ ਜਾਵੇਗਾ ਸੋ ਫਾਈਨਲ ਮੈਚ ਤੇ ਜਿਹੜੇ ਬਾਕੀ ਨੇ ਉਹ 18 ਤੇ 19